ਇਹ ਕੰਬਈ 1776 ਦੇ ਵਿੱਚ ਪੰਜ ਲੋਕ ਇੱਕ ਜੰਗਲ ਦੇ ਵਿੱਚ ਇਕੱਠੇ ਹੋਏ। ਉਹਨਾਂ ਨੇ ਆਪਸ ਦੇ ਵਿੱਚ ਇੱਕ ਮੀਟਿੰਗ ਕਰਨੀ ਸੀ। ਇੱਕ ਐਸਸੀ ਸੁਸਾਇਟੀ ਦੀ ਜਿਨ੍ਹਾਂ ਨੇ ਆਉਣ ਵਾਲੇ ਵਕਤਾਂ ਦੇ ਵਿੱਚ ਪੂਰੀ ਦੁਨੀਆ ਨੂੰ ਆਪਣੇ ਪੰਜਿਆਂ ਦੇ ਵਿੱਚ ਜਕੜਨਾ ਸੀ। ਐਸ ਸੁਸਾਇਟੀ ਦੇ ਬਾਨੀ ਦਾ ਨਾਮ ਸੀ ਐਡਮ ਵੈਸ਼ਿਪਟ। ਉਹ ਇੱਕ ਕਾਨੂੰਨ ਦਾ ਪ੍ਰੋਫੈਸਰ ਸੀ। ਇਹ ਲੋਕ ਅੰਗੋਲ ਸਟਾਰਟਡ ਸ਼ੇਅਰ ਦੇ ਲਾਗੇ ਜੰਗਲ ਦੇ ਵਿੱਚ ਜਿਹੜੀ ਮੀਟਿੰਗ ਕਰਨ ਜਾ ਰਹੇ ਸਨ ਉਹ ਸੁਸਾਇਟੀ ਦਾ ਨਾਮ ਸੀ ਅਲੂਮੀਨਾਟੀ। ਜਿਹੜੇ ਲੋਕ ਉਸ ਸੁਸਾਇਟੀ ਦੇ ਨਾਲ ਸ਼ਾਮਲ ਹੁੰਦੇ ਸਨ ਉਹ ਆਪਣੇ ਆਪ ਨੂੰ ਪਰਫੈਕਟੇਬਲਿਸਟ ਆਖਦੇ ਸਨ ਪੰਜ ਬੰਦਿਆਂ ਦੀ ਜੰਗਲ ਦੇ ਵਿੱਚ ਹੋਣ ਵਾਲੀ ਮੀਟਿੰਗ ਦੇ ਵਿੱਚ ਇਹ ਸੁਸਾਇਟੀ ਕਿਸ ਤਰੀਕੇ ਦੇ ਨਾਲ ਕੰਮ ਕਰੇਗੀ ਉਹਦੇ ਬਾਰੇ ਸਾਰੀਆਂ ਚੀਜ਼ਾਂ ਤੈਅ ਕੀਤੀਆਂ ਗਈਆਂ ਇਸ ਸੁਸਾਇਟੀ ਦਾ ਮਕਸਦ ਇਹ ਸੀ ਕਿ ਮੁਆਸ਼ਰੇ ਦੇ ਵਿੱਚੋਂ ਮਜ਼ਬ ਦੇ ਅਸਰਾਂ ਜਿਹੜੇ ਨੇ ਉਹ ਕੱਟ ਕੀਤੇ ਜਾਣ ਯੂਰਪ ਦੇ ਮੁਲਕਾਂ ਦੇ ਵਿੱਚੋਂ ਹਕੂਮਤ ਦਾ ਨਿਜ਼ਾਮ ਬਦਲਿਆ ਜਾਵੇ ਤੇ ریاਸਤੀ ਮਾਮਲਿਆਂ ਦੇ ਵਿੱਚ ਜਿਹੜੇ ਸਟੇਟ ਦੇ ਮਾਮਲੇ ਆਤ ਨੇ ਉਹਨਾਂ ਨੂੰ ਮਜ਼ਬ ਤੋਂ ਅਲੱਗ ਕੀਤਾ ਜਾਵੇ ਦੇ ਲੋਕਾਂ ਨੂੰ ਇੱਕ ਨਵੀਂ ਰੋਸ਼ਨੀ ਵਖਾਈ ਜਾਵੇ ਆਣ ਵਾਲੇ ਵਕਤਾਂ ਦੇ ਵਿੱਚ ਐਸੇ ਸੁਸਾਇਟੀ ਦੇ ਨਾਲ ਤਲਕ ਰੱਖਣ ਵਾਲੇ ਲੋਕਾਂ ਨੇ ਫ੍ਰੀ ਮੈਸਨਸ ਨੂੰ ਵੀ ਜੁਆਇਨ ਕੀਤਾ ਤੇ ਫ੍ਰੀ ਮੈਸਨ ਨੂੰ ਜੁਆਇਨ ਕਰਨ ਦਾ ਮਕਸਦ ਇਹ ਵੀ ਸੀ ਕਿ ਉਹ ਆਪਣੇ ਮੈਂਬਰਾਂ ਦੀ ਤਦਾਦ ਦੇ ਵਿੱਚ ਵਾਧਾ ਕਰ ਸਕਣ ਇਹਨਾਂ ਨੇ ਇੱਕ ਪੱਖੂ ਬਰਡ ਆਫ ਮਨਰਵਾ ਦੇ ਨਾਂ ਦਾ ਆਪਣੀ ਪਛਾਣ ਬਣਾਇਆ ਤੇ ਹਰ ਜਗ੍ਹਾ ਦੇ ਉੱਤੇ ਉਹ ਪਰਿੰਦਾ ਉਹ ਪੱਖੂ ਉਹ ਨਦੀ ਨਿਸ਼ਾਨੀ ਬਣ ਗਿਆ ਜੇ ਕਿਸੇ ਵੀ ਬੰਦੇ ਨੇ ਇਸ ਆਰਗੇਨਾਈਜੇਸ਼ਨ ਦੇ ਵਿੱਚ ਸ਼ਾਮਲ ਹੋਣਾ ਹੁੰਦਾ ਸੀ ਤੇ ਪਹਿਲੇ ਤੋਂ ਮੌਜੂਦ ਮੈਂਬਰ ਜਿਹੜਾ ਸੀ ਉਹਦੀ ਇਜਾਜ਼ਤ ਜ਼ਰੂਰੀ ਹੁੰਦੀ ਸੀ ਉਹਦਾ ਰੈਫਰੈਂਸ ਜ਼ਰੂਰੀ ਹੁੰਦਾ ਸੀ ਸਿਰਫ ਇਹੋ ਹੀ ਕਾਫੀ ਨਹੀਂ ਸੀ ਬਲਕਿ ਜਿਹੜਾ ਬੰਦਾ ਇਸ ਤਨਜ਼ੀਮ ਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ ਸੀ ਉਹਦੇ ਕੋਲ ਪੈਸਾ ਤਾਕਤ ਤੇ ਮੁਆਸ਼ਰੇ ਦੇ ਵਿੱਚ ਚੰਗੀ ਰਿਪਿਊਟ ਦਾ ਹੋਣਾ ਵੀ ਜ਼ਰੂਰੀ ਸੀ ਇਸ ਤੋਂ ਬਾਅਦ ਐ ਸੋਸਾਇਟੀ ਦੇ ਵਿੱਚ ਸਟੈਪਸ ਬਣਾਏ ਗਏ ਦਰਜੇ ਬਣਾਏ ਗਏ ਜਿਦੀ ਰਹੀਂ ਨਵੇਂ ਆਣ ਵਾਲੇ ਮੈਂਬਰਾਂ ਨੂੰ ਇਹ ਦਰਜਿਆਂ ਦੇ ਵਿੱਚ ਤਕਸੀਮ ਕੀਤਾ ਜਾਂਦਾ ਸੀ ਤੇ ਵੇਲੇ ਦੇ ਨਾਲ-ਨਾਲ ਉਹ ਅੱਗੇ ਵਧਦੇ ਸਨ ਇਹ ਸੁਸਾਇਟੀ ਆਪਣੇ ਆਪ ਨੂੰ ਖੁਫੀਆ ਰੱਖਣ ਵਾਸਤੇ ਲੁਕਾਉਣ ਵਾਸਤੇ ਹਿਡਨ ਰੱਖਣ ਵਾਸਤੇ ਆਪਣੇ ਸਾਰੇ ਮੈਂਬਰਾਂ ਦਾ ਫਰਜ਼ੀ ਨਾਂ ਇਸਤਮਾਲ ਕਰਦੇ ਸਨ ਆਈ ਆਫ ਪ੍ਰੋਵਿਡੈਂਸ ਇਹ ਕਿਹੋ ਜਿਹਾ ਲਾਮਤੀ ਨਿਸ਼ਾਨ ਹੈ ਇਸ ਆਰਗੇਨਾਈਜੇਸ਼ਨ ਦਾ ਜਿਦੇ ਵਿੱਚ ਇੱਕ ਤਿਕੋਣ ਦੇ ਵਿੱਚ ਅੱਖ ਬਣੀ ਹੁੰਦੀ ਹੈ ਇਹ ਨਿਸ਼ਾਨ ਤੁਸੀਂ ਕਈਆਂ ਜਗ੍ਹਾ ਦੇ ਉੱਤੇ ਵੇਖਿਆ ਹੋਵੇਗਾ ਇਹ ਨਿਸ਼ਾਨ ਗਿਰਜੇ ਕਰਾਂ ਦੇ ਉੱਤੇ ਫ੍ਰੀ ਮੈਸਨਸ ਦੀਆਂ ਬਿਲਡਿੰਗਸ ਤੇ ਤੇ ਇਥੋਂ ਤੱਕ ਕਰਕੇ ਤੁਸੀਂ ਇਹ ਨਿਸ਼ਾਨ ਅਮਰੀਕੀ ਡਾਲਰ ਦੇ ਉੱਤੇ ਵੀ ਵੇਖ ਸਕਦੇ ਹੋ ਇਸ ਨਿਸ਼ਾਨ ਨੂੰ ਸਿਰਫ ਫ੍ਰੀ ਮੈਸਨ ਦੇ ਨਾਲ ਹੀ ਨਹੀਂ ਬਲਕਿ ਅਲੂਮੀਨਾਟੀ ਦੇ ਨਾਲ ਵੀ ਜੋੜਿਆ ਜਾਂਦਾ ਹੈ ਜੇ مذہبی ਹਵਾਲੇ ਦੇ ਨਾਲ ਗੱਲ ਕਰੀਏ ਤੇ ਇਹ ਨਿਸ਼ਾਨ ਇੱਕ ਮਸੀਹੀ ਨਿਸ਼ਾਨ ਹੈ ਤੇ ਇਹ ਅਕ ਖੁਦਾ ਦੇ ਇਨਸਾਨੀ ਦੂਤੇ ਨਜ਼ਰ ਰੱਖਣ ਦੀ ਅਲਮਤ ਹੈ ਹੁਣ ਇੱਕ ਟਾਈਮ ਐਸਾ ਵੀ ਆਇਆ ਯਾਨੀ 1784 ਦੇ ਵਿੱਚ ਬਾਵਰੀਆ ਜਿੱਥੇ ਇਸ ਵੇਲੇ ਜਰਮਨੀ ਹੈ ਉਤੋਂ ਦੇ ਹੁਕਮਰਾਨ ਕਾਰਲ ਥੀਓਡੋਰ ਨੇ 1984 ਦੇ ਵਿੱਚ ਨਵੀਆਂ ਸੁਸਾਇਟੀਆਂ ਦੇ قیام ਤੇ ਪਾਬੰਦੀ ਲਾ ਦਿੱਤੀ ਤੇ ਖਾਸ ਕਰ ਉਹਨੇ ਅਲੂਮੀਨਾਟੀ ਦੇ ਉੱਤੇ ਪਾਬੰਦੀ ਲਾਈ ਤੇ ਇਹਦੇ ਮੈਂਬਰਾਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਜਿਹੜੇ ਲੋਕੀ ਗ੍ਰਿਫਤਾਰ ਕੀਤੇ ਗਏ ਉਹਨਾਂ ਦੇ ਕੋਲੋਂ ਕੁਝ ਇਹੋ ਜਿਹੇ ਕਾਗਜ਼ ਲੱਭੇ ਜਿਹਦੇ ਰਹੀਂ ਲੋਕਾਂ ਨੂੰ ਮਜ਼ਬਤ ਤੋਂ ਦੂਰ ਕੀਤਾ ਜਾਂਦਾ ਸੀ ਤੇ ਸਟੇਟ ਕਿਸ ਤਰ੍ਹਾਂ ਚਲਣੀ ਚਾਹੀਦੀ ਏ ਉਹਦੇ ਬਾਰੇ ਇਨਸਟਰਕਸ਼ਨਸ ਹਨ ਪਹਿਲੇ ਤੇ ਗਵਰਨਮੈਂਟ ਨੂੰ ਸਿਰਫ ਸ਼ੱਕੀ ਸੀ ਐਨ ਡਾਕੂਮੈਂਟਸ ਤੇ ਰਹੀਂ ਉਹਨਾਂ ਨੂੰ ਪੂਰਾ ਯਕੀਨ ਹੋ ਗਿਆ ਕਿ ਇਹ ਆਰਗੇਨਾਈਜੇਸ਼ਨ ਅਲੂਮਿਨਾਟੀ ਮਜ਼ਬ ਤੇ ਸਟੇਟ ਦੋਨਾਂ ਲਈ ਖਤਰਾ ਹੈ ਇਨ੍ਹਾਂ ਗ੍ਰਿਫਤਾਰੀਆਂ ਤੋਂ ਬਾਅਦ ਆਖਿਆ ਜਾਂਦਾ ਹੈ ਭਈ ਅਲੂਮਿਨਾਟੀ ਦੇ ਮੈਂਬਰ ਗਾਇਬ ਹੋ ਗਏ ਉਹਨਾਂ ਨੇ ਆਪਣੇ ਆਪ ਨੂੰ ਲੁਕਾ ਲਿਆ ਤੇ ਆਪਣੀਆਂ ਸਰਗਰਮੀਆਂ ਨੂੰ ਖੁਫੀਆ ਤੌਰ ਦੇ ਉੱਤੇ ਜਾਰੀ ਰੱਖਿਆ ਹੁਣ ਜਾਰੀ ਤੌਰ ਦੇ ਉੱਤੇ ਤੇ ਅਲੂਮਿਨਾਟੀ ਮੁੱਕ ਗਈ ਪਰ ਇਹਦੇ ਬਾਅਦ ਬਹੁਤ ਸਾਰੀਆਂ ਅਫਵਾਹਾਂ ਪੂਰੀ ਦੁਨੀਆ ਦੇ ਵਿੱਚ ਫੈਲਦੀਆਂ ਗਈਆਂ ਜੋ ਕਿ ਅੱਜ ਵੀ ਫੈਲ ਰਹੀਆਂ ਨੇ ਇਹਨਾਂ ਦੇ ਵਿੱਚ ਕਿੰਨੀ ਹਕੀਕਤ ਹੈ ਤੇ ਕਿੰਨਾ ਝੂਠ ਇਹ ਤੇ ਆਉਣ ਵਾਲਾ ਵਕਤ ਹੀ ਦੱਸੇਗਾ ਪਰ ਅਲੂਮੀਨਾਟੀ ਤੋਂ ਬਾਅਦ ਇੱਕ ਫ੍ਰਾਂਸੀਸੀ ਪਾਦਰੀ ਨੇ ਆਖਿਆ ਕਿ ਅਲੂਮੀਨਾਟੀ ਵਰਗੀਆਂ ਤਨਜ਼ੀਮਾਂ ਨੇ ਫਰਾਂਸ ਦੇ ਇਨਕਲਾਬ ਦੇ ਵਿੱਚ ਬਹੁਤ ਵੱਡਾ ਕਿਰਦਾਰ ਅਦਾ ਕੀਤਾ ਸੀ ਦੁਨੀਆਂ ਦੇ ਉੱਤੇ ਅਲੂਮੀਨਾਟੀ ਦੀ ਜਿਹੜੀ ਹਕਮਰਾਨੀ ਹੈ ਉਹਦਾ ਕਨਸੈਪਟ ਲੋਕਾਂ ਦੇ ਜ਼ੇਹਨ ਦੇ ਵਿੱਚੋਂ ਕਦੀ ਵੀ ਖਾਰਜ ਨਹੀਂ ਹੋਇਆ ਤੇ ਅੱਜ ਵੀ ਉਹਦੇ ਬਾਰੇ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਗੱਲ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਇੱਕ ਹੋਰ ਵੀ ਰਿਯੂਮਰ ਹੈ ਕਿ ਅਮਰੀਕੀ ਸਦਰ ਜਾਨ ਐਫ ਕੈਂਡੀ ਦੀ ਮੌਤ ਦੇ ਪਿੱਛੇ ਵੀ ਅਲੂਮੀਨਾਟੀ ਦਾ ਹੱਥ ਸੀ ਅਲੂਮੀਨਾਟੀ ਦੇ ਮੁੱਕਣ ਤੋਂ ਬਾਅਦ ਇੱਕ ਕਿਤਾਬ ਸਾਹਮਣੇ ਆਈ ਜਿਸ ਦਾ ਨਾਮ ਸੀ ਦਾ ਅਲੂਮੀਨਾਟਸ ਟ੍ਰਾਇਲੋਜੀ ਉਹ ਕਿਤਾਬ ਨਾ ਸਿਰਫ ਮਕਬੂਲ ਹੋਈ ਬਲਕਿ ਉਹਦੇ ਉੱਤੇ ਹੀ ਕਈ ਫਿਲਮਾਂ ਵੀ ਬਣੀਆਂ ਇਹਨਾਂ ਬਣਨ ਵਾਲੀਆਂ ਫਿਲਮਾਂ ਦੇ ਵਿੱਚ ਸਾਰਿਆਂ ਤੋਂ ਮਸ਼ਹੂਰ ਫਿਲਮ ਐਂਜਲਸ ਐਂਡ ਡੈਮਨਸ ਸੀ ਹੁਣ ਅੱਜ ਕੱਲ ਹਰ ਬੰਦੇ ਦੇ ਜ਼ਿਹਨ ਦੇ ਵਿੱਚ ਹੈ ਨਿਊ ਵਰਲਡ ਆਰਡਰ ਹੁਣ ਨਿਊ ਵਰਲਡ ਆਰਡਰ ਦਾ ਐਲੂਮੀਨਾਟੀ ਦੇ ਨਾਲ ਵਿਖਿਆ ਜਾਵੇ ਤਾਂ ਕੀ ਤਾਲੁਕ ਹੋ ਸਕਦਾ ਹੈ ਜੋ ਲੋਕ ਨਿਊ ਵਰਲਡ ਆਰਡਰ ਤੇ ਯਕੀਨ ਰੱਖਦੇ ਨੇ ਉਹ ਸਮਝਦੇ ਨੇ ਕਿ ਕਿ ਹਾਲੇ ਵੀ ਐਲੂਮੀਨਾਟੀ ਜੋ ਕਿ ਖੁਫੀਆ ਤੌਰ ਤੇ ਕੰਮ ਕਰ ਰਹੀ ਹੈ ਉਹਦਾ ਗਰੂ ਦੁਨੀਆ ਦੇ ਉੱਤੇ ਕਾਬਜ਼ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ ਕਈ ਅਮਰੀਕੀ ਸਦਰ ਤੇ ਹੋਰਾਂ ਮੁਲਕਾਂ ਦੇ ਸਦਰਾਂ ਇਸ ਤੋਂ ਇਲਾਵਾ ਬਹੁਤ ਸਾਰੇ ਗੂ卢ਕਾਰ ਤੇ ਬਹੁਤ ਸਾਰੇ ਆਰਟਿਸਟਾਂ ਨੂੰ ਵੀ ਇਸ ਤਨਜ਼ੀਮ ਦੇ ਨਾਲ ਸ਼ਾਮਲ ਕੀਤਾ ਜਾਂਦਾ ਹੈ ਇਹ ਸਾਰੀ ਵੀਡੀਓ ਵੇਖਣ ਤੋਂ ਬਾਅਦ ਅਸੀਂ ਇਹ ਗੱਲ ਹੁਣ ਤੁਹਾਡੇ ਤੇ ਛੱਡਦੇ ਹਾਂ ਕਿ ਆਇਆ ਕਿ ਅਲੂਮੀਨਾਟੀ ਦਾ ਹਾਲੇ ਵੀ ਵजूद ਹੈ ਤੇ ਉਹ ਦੁਨੀਆ ਦੇ ਵਸਾਇਲ ਦੇ ਉੱਤੇ ਤੇ ਪੂਰੀ ਦੁਨੀਆ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਨੇ ਤੇ ਨਿਊ ਵਰਲਡ ਆਰਡਰ ਵੀ ਇਹਦਾ ਹਿੱਸਾ ਹੈ ਇਹ ਗੱਲ ਕਿੰਨੀ ਸੱਚ ਹੈ ਕਿੰਨੀ ਝੂਠ ਤੁਹਾਡੀ ਕੀ ਰਾਏ ਹੈ ਜ਼ਰੂਰ ਦੱਸਿਆ ਜੇ